ਰਵੀ ਸਿੰਘ ਜੀ, ਕੱਲ੍ਹ ਮੈਂ ਆਪਣੀ ਦੁਕਾਨ ਸ਼ਾਮ 7 ਵਜੇ ਬੰਦ ਕਰਕੇ ਘਰ ਚਲ ਗਿਆ ਸੀਗਾ ਅਤੇ ਅੱਜ ਸਵੇਰੇ ਜਦੋਂ ਮੈਂ 9:30 ਵਜੇ ਦੁਕਾਨ 'ਤੇ ਆਇਆ ਤਾਂ ਮੈਂ ਆਪਣੇ ਵੱਲੋਂ ਸ਼ਟਰ ਪੂਰਾ ਖੋਲ੍ਹਿਆ, ਆਪਣੇ ਲੋਕ ਆਪੇ ਖੋਲ੍ਹੇ। ਜਦ ਅੰਦਰ ਆਇਆ ਤਾਂ ਵੇਖਿਆ ਕਿ ਮੇਰੇ ਸਾਰੇ ਦਰਾਜ਼ ਜਿਹੜੇ ਸੀ ਉਹ ਖੁੱਲ੍ਹੇ ਹੋਏ ਸੀਗੇ, ਅਤੇ ਕੱਲ੍ਹ ਮੈਂ ਸੋਚਿਆ ਕਿ ਉਹ ਦਰਾਜ਼ ਕੋਈ ਖੋਲ੍ਹ ਕੇ ਨਹੀਂ ਗਿਆ, ਫਿਰ ਮੈਂ ਅਚਾਨਕ ਮਗਰਲੇ ਪਾਸੇ ਦੇਖਿਆ ਅਤੇ ਮੇਰੀ ਜਿਹੜੀ ਕੰਧ ਸੀ ਦੁਕਾਨ ਦੇ ਪਿਛਲੇ ਪਾਸੇ ਉਹ ਤੋੜੀ ਹੋਈ ਸੀ। ਉਹ 'ਚੋਂ ਸਿਰਫ 10-12 ਇੰਚ ਦੀ ਜਗ੍ਹਾ ਦੇ ਵਿੱਚੋਂ ਹੀ ਚੋਰ ਅੰਦਰ ਲੰਘ ਗਿਆ ਅਤੇ ਉਹਨੇ ਮੇਰੀ ਸਾਰੀ ਦੁਕਾਨ ਦੀ ਖੋਲਾਫਲੀ ਕੀਤੀ। ਅਤੇ 2-3 ਫੋਨ ਸੀ ਕਾਕਾ ਦੇ, ਇੱਕ ਮੇਰਾ ਆਪਣਾ ਸੀਗਾ ਸੈਮਸੰਗ ਦਾ G7, ਅਤੇ ਉਹ ਚੋਰੀ ਕੀਤਾ ਗਿਆ। ਅਤੇ ਕੁਛ ਪੈਸੇ ਸੀਗੇ ਮੇਰੇ, 1000 ਤੋਂ 1500 ਰੁਪਇਆ, ਉਹ ਚੋਰੀ ਕੀਤੇ ਗਏ ਨੇ। ਕੁਛ ਭਾਨ ਸੀਗਾ ਉਹ ਵੀ ਚੋਰੀ ਕੀਤਾ ਗਿਆ, ਅਤੇ ਮੇਰੀ ਹਰ ਚੀਜ਼ ਨੂੰ ਚੰਗੀ ਤਰ੍ਹਾਂ ਭੋਲਿਆ ਗਿਆ, ਜਿਸ ਕਰਕੇ ਕਾਫੀ ਸਮਾਨ ਉਹ ਲੈ ਗਿਆ ਜੇ, ਨਾਲ ਅਸੈਸਰੀਜ਼, ਆਈਫੋਨ ਦੇ ਕਵਰਸ ਵਗੈਰਾ। ਕਿੱਥੇ ਦੁਕਾਨ, ਕਿੱਥੇ ਆਪਣੀ? ਮੇਰੀ ਦੁਕਾਨ ਜੀਰਬਾਗ ਅੱਡੇ ਵਿੱਚ ਆਈ, GT ਰੋਡ ਦੇ ਨਾਲ। ਪਤਾ ਲੱਗਿਆ ਪਹਿਲੇ ਵੀ ਚੋਰੀ ਹੋਈ ਸੀ, ਕੀ ਹੋਇਆ ਸੀ ਪਹਿਲੇ? ਪਹਿਲੀ ਚੋਰੀ ਮੇਰੀ 5 ਜੁਲਾਈ 2023 ਨੂੰ ਹੋਈ ਸੀ, ਸਵੇਰੇ 3:20 'ਤੇ। ਉਦੋਂ ਮੇਰਾ ਲੈਪਟਾਪ ਸੈਮਸੰਗ S8+ ਫੋਨ, ਨਾਲ 24 ਇੰਚ ਦੀ ਬਲੂ ਫੈਦਰ ਕੰਪਨੀ ਦੀ LED ਡਿਸਪਲੇ, ਅਤੇ ਫਿੰਗਰਪ੍ਰਿੰਟ ਮਸ਼ੀਨ, ਲੈਮੀਨੇਸ਼ਨ ਮਸ਼ੀਨ, ਅਤੇ ਉਦੋਂ ਵੀ ਮੇਰਾ 4-5 ਹਜ਼ਾਰ ਰੁਪਇਆ ਪਿਆ ਸੀਗਾ, ਉਹ ਵੀ ਲੈ ਗਏ ਸੀ ਨਾਲ। ਉਦੋਂ ਮੇਰਾ ਤਕਰੀਬਨ 1.5 ਲੱਖ ਦਾ ਨੁਕਸਾਨ ਹੋਇਆ ਸੀ। ਲਗਾਤਾਰ ਚੋਰੀਆਂ ਹੋ ਰਹੀਆਂ, ਕੀ ਮੰਗ ਕਰਨਾ ਚਾਹੁੰਦੇ ਹੋ ਪੁਲਿਸ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਤੋਂ ਮੇਰੀ ਇਹੀ ਮੰਗ ਹੈ ਕਿ ਜਿਹੜੀ ਵੱਧਦੀਆਂ ਚੋਰੀਆਂ ਨੂੰ ਰੋਕਿਆ ਜਾਵੇ ਅਤੇ ਉਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ, ਅਤੇ ਜਾਂ ਕੋਈ ਦੁਕਾਨਾਂ ਵਾਸਤੇ ਜਿਹੜੇ ਚੌਂਕੀਦਾਰ ਨੇ ਰਾਤ ਵਾਸਤੇ ਅਵੇਲੇਬਲ ਹੁੰਦੇ ਨੇ, ਉਹਨਾਂ ਨੂੰ ਮੁਹੱਈਆ ਕਰਾਇਆ ਜਾਏ ਸਾਰਿਆਂ ਨੂੰ, ਆਪਣੇ ਜ਼ੋਰ 'ਤੇ ਕਹਿ ਕੇ ਕਰਵਾਉਣ, ਕਿਉਂਕਿ ਇੱਕ ਵਾਰੀ ਕਹਿ ਜਾਂਦੇ ਨੇ ਮਾਰਕੀਟ ਵਾਲੇ, ਪਰ ਕੋਈ ਵੀ ਚੌਂਕੀਦਾਰ ਇੱਥੇ ਰੱਖਿਆ ਨਹੀਂ ਜਾਂਦਾ। ਰਵੀ ਸਿੰਘ ਜੀ, ਕੱਲ੍ਹ ਮੈਂ ਆਪਣੀ ਦੁਕਾਨ ਸ਼ਾਮ 7 ਵਜੇ ਬੰਦ ਕਰਕੇ ਘਰ ਚਲ ਗਿਆ ਸੀਗਾ, ਅਤੇ ਅੱਜ ਸਵੇਰੇ ਜਦੋਂ ਮੈਂ 9:30 ਵਜੇ ਦੁਕਾਨ 'ਤੇ ਆਇਆ ਤਾਂ ਮੈਂ ਆਪਣੇ ਵੱਲੋਂ ਸ਼ਟਰ ਪੂਰਾ ਖੋਲ੍ਹਿਆ, ਆਪਣੇ ਲੋਕ ਆਪੇ ਖੋਲ੍ਹੇ। ਜਦ ਅੰਦਰ ਆਇਆ ਤਾਂ ਵੇਖਿਆ ਕਿ ਮੇਰੇ ਸਾਰੇ ਦਰਾਜ਼ ਜਿਹੜੇ ਸੀ ਉਹ ਖੁੱਲ੍ਹੇ ਹੋਏ ਸੀਗੇ, ਅਤੇ ਕੱਲ੍ਹ ਮੈਂ ਸੋਚਿਆ ਕਿ ਉਹ ਦਰਾਜ਼ ਕੋਈ ਖੋਲ੍ਹ ਕੇ ਨਹੀਂ ਗਿਆ, ਫਿਰ ਮੈਂ ਅਚਾਨਕ ਮਗਰਲੇ ਪਾਸੇ ਦੇਖਿਆ ਅਤੇ ਮੇਰੀ ਜਿਹੜੀ ਕੰਧ ਸੀ ਦੁਕਾਨ ਦੇ ਪਿਛਲੇ ਪਾਸੇ ਉਹ ਤੋੜੀ ਹੋਈ ਸੀ। ਉਹ 'ਚੋਂ ਸਿਰਫ 10-12 ਇੰਚ ਦੀ ਜਗ੍ਹਾ ਦੇ ਵਿੱਚੋਂ ਹੀ ਚੋਰ ਅੰਦਰ ਲੰਘ ਗਿਆ ਅਤੇ ਉਹਨੇ ਮੇਰੀ ਸਾਰੀ ਦੁਕਾਨ ਦੀ ਖੋਲਾਫਲੀ ਕੀਤੀ। ਅਤੇ 2-3 ਫੋਨ ਸੀ ਕਾਕਾ ਦੇ, ਇੱਕ ਮੇਰਾ ਆਪਣਾ ਸੀਗਾ ਸੈਮਸੰਗ ਦਾ G7, ਅਤੇ ਉਹ ਚੋਰੀ ਕੀਤਾ ਗਿਆ। ਅਤੇ ਕੁਛ ਪੈਸੇ ਸੀਗੇ ਮੇਰੇ, 1000 ਤੋਂ 1500 ਰੁਪਇਆ, ਉਹ ਚੋਰੀ ਕੀਤੇ ਗਏ ਨੇ। ਕੁਛ ਭਾਨ ਸੀਗਾ ਉਹ ਵੀ ਚੋਰੀ ਕੀਤਾ ਗਿਆ, ਅਤੇ ਮੇਰੀ ਹਰ ਚੀਜ਼ ਨੂੰ ਚੰਗੀ ਤਰ੍ਹਾਂ ਭੋਲਿਆ ਗਿਆ, ਜਿਸ ਕਰਕੇ ਕਾਫੀ ਸਮਾਨ ਉਹ ਲੈ ਗਿਆ ਜੇ, ਨਾਲ ਅਸੈਸਰੀਜ਼, ਆਈਫੋਨ ਦੇ ਕਵਰਸ ਵਗੈਰਾ। ਕਿੱਥੇ ਦੁਕਾਨ, ਕਿੱਥੇ ਆਪਣੀ? ਮੇਰੀ ਦੁਕਾਨ ਜੀਰਬਾਗ ਅੱਡੇ ਵਿੱਚ ਆਈ, GT ਰੋਡ ਦੇ ਨਾਲ। ਪਤਾ ਲੱਗਿਆ ਪਹਿਲੇ ਵੀ ਚੋਰੀ ਹੋਈ ਸੀ, ਕੀ ਹੋਇਆ ਸੀ ਪਹਿਲੇ? ਪਹਿਲੀ ਚੋਰੀ ਮੇਰੀ 5 ਜੁਲਾਈ 2023 ਨੂੰ ਹੋਈ ਸੀ, ਸਵੇਰੇ 3:20 'ਤੇ। ਉਦੋਂ ਮੇਰਾ ਲੈਪਟਾਪ ਸੈਮਸੰਗ S8+ ਫੋਨ, ਨਾਲ 24 ਇੰਚ ਦੀ ਬਲੂ ਫੈਦਰ ਕੰਪਨੀ ਦੀ LED ਡਿਸਪਲੇ, ਅਤੇ ਫਿੰਗਰਪ੍ਰਿੰਟ ਮਸ਼ੀਨ, ਲੈਮੀਨੇਸ਼ਨ ਮਸ਼ੀਨ, ਅਤੇ ਉਦੋਂ ਵੀ ਮੇਰਾ 4-5 ਹਜ਼ਾਰ ਰੁਪਇਆ ਪਿਆ ਸੀਗਾ, ਉਹ ਵੀ ਲੈ ਗਏ ਸੀ ਨਾਲ। ਉਦੋਂ ਮੇਰਾ ਤਕਰੀਬਨ 1.5 ਲੱਖ ਦਾ ਨੁਕਸਾਨ ਹੋਇਆ ਸੀ। ਲਗਾਤਾਰ ਚੋਰੀਆਂ ਹੋ ਰਹੀਆਂ, ਕੀ ਮੰਗ ਕਰਨਾ ਚਾਹੁੰਦੇ ਪੁਲਿਸ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਤੋਂ ਮੇਰੀ ਇਹੀ ਮੰਗ ਹੈ ਕਿ ਜਿਹੜੀ ਵੱਧਦੀਆਂ ਚੋਰੀਆਂ ਨੂੰ ਰੋਕਿਆ ਜਾਵੇ ਅਤੇ ਉਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ, ਅਤੇ ਜਾਂ ਕੋਈ ਦੁਕਾਨਾਂ ਵਾਸਤੇ ਜਿਹੜੇ ਚੌਂਕੀਦਾਰ ਨੇ ਰਾਤ ਵਾਸਤੇ ਅਵੇਲੇਬਲ ਹੁੰਦੇ ਨੇ, ਉਹਨਾਂ ਨੂੰ ਮੁਹੱਈਆ ਕਰਾਇਆ ਜਾਏ ਸਾਰਿਆਂ ਨੂੰ, ਆਪਣੇ ਜ਼ੋਰ 'ਤੇ ਕਹਿ ਕੇ ਕਰਵਾਉਣ, ਕਿਉਂਕਿ ਇੱਕ ਵਾਰੀ ਕਹਿ ਜਾਂਦੇ ਨੇ ਮਾਰਕੀਟ ਵਾਲੇ, ਪਰ ਕੋਈ ਵੀ ਚੌਂਕੀਦਾਰ ਇੱਥੇ ਰੱਖਿਆ ਨਹੀਂ ਜਾਂਦਾ।